ਦੇਖੋ ਅਸੀਂ ਹਾਈ ਕੋਰਟ ਆਏ ਹਾਂ ਤਾਂ ਸਾਡੇ ਕੋਲ ਕੋਈ ਨਾ ਕੋਈ ਐਵੀਡੈਂਸ ਤਾਂ ਹੈਗੇ ਨੇ, ਹੈ ਨਾ, ਨਹੀਂ ਸਾਡੇ 'ਤੇ ਉਲਟਾ ਕੇਸ ਬਣੇਗਾ। ਸਾਡਾ ਮਕਸਦ ਹੈਗਾ ਇਸ ਕੇਸ ਨੂੰ ਜਿੱਤਣਾ, ਸਾਡਾ ਮਕਸਦ ਹੀ ਨਹੀਂ ਕਿ ਅੰਮ੍ਰਿਤਪਾਲ ਦੀ MP-ship ਰੱਦ ਕਰਾਉਣੀ ਹੈ, ਸਾਡਾ ਮਕਸਦ ਹੈਗਾ ਇਹ ਸਾਬਤ ਕਰਨਾ ਮਾਨਯੋਗ ਹਾਈ ਕੋਰਟ ਦੇ ਨਜ਼ਰ ਦੇ ਹੇਠ ਕਿ ਅੰਮ੍ਰਿਤਪਾਲ ਸਿੰਘ ਦੀ ਪਿੱਠ 'ਤੇ ਬਹੁਤ ਸਾਰੇ ਸਰਕਾਰੀ ਆਫਿਸਰ ਖੜ੍ਹੇ ਨੇ ਜਿਹੜੇ ਕਿ ਵਿੱਚ ਸਰਕਾਰ ਦੇ ਰਹਿੰਦੇ ਹੋਏ ਅੰਮ੍ਰਿਤਪਾਲ ਸਿੰਘ ਦੀ ਮਦਦ ਕਰ ਰਹੇ ਨੇ। ਠੀਕ ਹੈ ਜੀ, ਇੱਕ ਪਾਸੇ ਤਾਂ ਕਿਹਾ ਜਾਂਦਾ ਕਿ ਸਰਕਾਰ ਅੰਮ੍ਰਿਤਪਾਲ ਸਿੰਘ ਨਾਲ ਧੱਕਾ ਕਰ ਰਹੀ ਹੈ, ਦੂਜੇ ਪਾਸੇ ਬਹੁਤ ਸਾਰੇ ਸਰਕਾਰੀ, ਆਪਾਂ ਪਿਛਲੀਆਂ ਇੰਟਰਵਿਊਜ਼ ਦੇ ਵਿੱਚ ਵੀ ਗੱਲ ਕੀਤੀ, ਬਹੁਤ ਸਾਰੇ ਸਰਕਾਰੀ ਆਫਿਸਰ, ਬਹੁਤ ਸਾਰੇ ਸਰਕਾਰੀ ਡਿਪਾਰਟਮੈਂਟ ਜਿਹੜੇ ਨੇ ਉਹ ਰਲ ਮਿਲ ਕੇ ਅੰਮ੍ਰਿਤਪਾਲ ਦੀ ਮਦਦ ਕਰ ਰਹੇ ਨੇ। ਹੁਣ ਇਹ ਔਨ ਰਿਕਾਰਡ ਕਾਗਜ਼ਾਂ ਦੇ ਵਿੱਚ ਸਾਬਤ ਹੋਏਗਾ, ਸਾਬਤ ਹੋਣ ਤੋਂ ਬਾਅਦ ਓਬਵੀਅਸ ਹੈ ਕਿ ਉਹਦੀ MP-ship ਤਾਂ ਰੱਦ ਹੋਣੀ ਹੋਈ ਆ, ਪਰ ਮੇਰਾ ਮਕਸਦ ਉਹਦੀ MP-ship ਦਾ ਨਹੀਂ ਹੈ। ਮੇਰਾ ਮਕਸਦ ਇਹ ਹੈ ਕਿ ਅਸੀਂ ਇਹ ਸਾਬਤ ਕਰਾਂਗੇ ਕਿ ਸਰਕਾਰ ਕਿਵੇਂ ਸ਼ੈ ਦੇ ਰਹੀ ਹੈ ਅੰਮ੍ਰਿਤਪਾਲ ਨੂੰ, ਕਿਵੇਂ ਸਰਕਾਰ ਅੰਮ੍ਰਿਤਪਾਲ ਨੂੰ ਬੜਾਵਾ ਦੇ ਕੇ ਪੰਜਾਬ ਦੇ ਵਿੱਚ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਮਾਹੌਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਹੀ ਖਿਲਾਫ਼ ਵਰਤਿਆ ਜਾਣਾ। ਸਾਡਾ ਮਕਸਦ ਉਹ ਆ ਜੀ, ਸਾਡਾ ਮਕਸਦ MP-ship ਰੱਦ ਕਰਾਉਣਾ ਨਹੀਂ ਹੈ ਤੇ ਉਹ ਆਟੋਮੈਟਿਕਲੀ ਹੋ ਜਾਣੀ ਹੈ। ਤੇ ਇੱਕ ਲਾਸਟ ਸਵਾਲ ਹੋ ਰਿਹਾ ਹੈ, ਜਿਹਦੇ ਚੈਲੀਗੇਸ਼ਨ ਦਾ ਦੱਸਦੇ ਸੀ ਖਰਚੇ ਦਾ ਬਿਊਰਾ, ਧਾਰਮਿਕ ਸਥਾਨਾਂ ਤੇ ਜਾ ਕੇ ਪ੍ਰਚਾਰ ਕਰਨਾ ਵੀ ਨਹੀਂ ਹੋ ਸਕਦਾ, ਉਹਦੇ ਵੀ ਤੁਹਾਡੇ ਕੋਈ ਵੀਡੀਓ? ਸਭ ਕੁਝ ਹੈਗਾ ਜੀ, ਵੀਡੀਓ ਐਵੀਡੈਂਸ ਵੀ ਹੈਗੇ ਆ, ਫੋਟੋਜ਼ ਵੀ ਹੈਗੀਆਂ ਇਹਨਾਂ ਦੇ, ਸੋਸ਼ਲ ਮੀਡੀਆ ਹੈਂਡਲਰਸ ਦੀਆਂ, ਸਾਰਾ ਕੁਝ ਹੈਗਾ, ਸਾਰੀਆਂ ਡਿਟੇਲਸ ਹੈਗੀਆਂ ਨੇ ਇਹਨਾਂ ਨੇ। ਦੇਖੋ ਇੱਕ ਪਾਸੇ ਤਾਂ ਅੰਮ੍ਰਿਤਪਾਲ ਐਂਡ ਪੂਰੀ ਟੀਮ ਜਿਹੜੀ ਆ ਉਹ ਪੋਰਟਰੇ ਕਰਦੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਕਿ ਜੀ ਹਕੂਮਤ ਇਹਨਾਂ ਨਾਲ ਧੱਕਾ ਕਰਦੀ ਆ, ਹਕੂਮਤ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੀ। ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਦੀ ਉਹ ਟੀਮ ਦੇ ਨਾਲ ਬਹੁਤ ਸਾਰੇ ਜਿਹੜੇ ਇੰਪਲੋਇਜ਼ ਨੇ ਹਕੂਮਤ ਦੇ ਉਹ ਰਲੇ ਹੋਏ ਨੇ। ਹਾਂ, ਮੈਂ ਇੱਕ ਚੀਜ਼ ਦੇ ਉੱਤੇ ਤੁਹਾਡਾ ਥੋੜ੍ਹਾ ਜਿਹਾ ਧਿਆਨ ਲਿਆਉਣਾ ਚਾਹੁੰਦਾ। ਅੰਮ੍ਰਿਤਪਾਲ ਦੇ ਮਾਤਾ ਜੀ ਦਾ ਇੱਕ ਵੀਡੀਓ ਵਾਇਰਲ ਹੁੰਦਾ ਜਦੋਂ ਕਿ ਅੰਮ੍ਰਿਤਪਾਲ ਦਿੱਲੀ ਦੇ ਵਿੱਚ ਜਾ ਕੇ ਸਹੁੰ ਚੁੱਕਦਾ ਹੈ। ਲੋਕਾਂ ਨੂੰ ਅੰਮ੍ਰਿਤਪਾਲ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਦਿਖਾਉਂਦਾ ਹੈ ਕਿ ਮੈਂ ਆਪਣੀ ਮਾਂ ਦੇ ਇਸ ਬਿਆਨ ਦੇ ਖਿਲਾਫ਼ ਹਾਂ। ਅਗਲੇ ਦਿਨ ਇੱਕ ਚਿੱਠੀ ਜਾਰੀ ਹੁੰਦੀ ਹੈ ਜਿਹਦੇ 'ਤੇ ਕੋਈ ਨਾਮ ਨਹੀਂ, ਕੋਈ ਕੁਛ ਨਹੀਂ, ਆਪਣੀ ਮਦਰ ਦੇ ਖਿਲਾਫ਼ ਇੱਕ ਚਿੱਠੀ ਜਾਰੀ ਕਰਦਾ ਉਹੀ ਅੰਮ੍ਰਿਤਪਾਲ। ਮਾਨਯੋਗ ਹਾਈ ਕੋਰਟ ਦੇ ਵਿੱਚ ਜਦੋਂ ਆਪਣੀ NSA ਦੇ ਖਿਲਾਫ਼ ਖੜਾ ਹੁੰਦਾ ਇੱਕ ਪਟੀਸ਼ਨ ਦਾਇਰ ਕਰਦਾ, ਉਸ ਪਟੀਸ਼ਨ ਦੇ 5ਵੇਂ ਪੇਜ ਦੇ 2ਵੇਂ ਚੈਪਟਰ ਦੇ ਵਿੱਚ ਅੰਮ੍ਰਿਤਪਾਲ ਉਹੀ ਲਫ਼ਜ਼ ਵਰਤ ਰਿਹਾ ਜਿਹੜਾ ਅੰਮ੍ਰਿਤਪਾਲ ਦੀ ਮਾਂ ਨੇ ਉਸ ਵੀਡੀਓ ਦੇ ਵਿੱਚ ਕਿਹਾ ਕਿ ਮੇਰਾ ਮੁੰਡਾ ਕੋਈ ਖਾਲਿਸਤਾਨੀ ਨਹੀਂ ਹੈਗਾ, ਮੇਰੇ ਮੁੰਡੇ ਨੇ 2 ਵਾਰੀ ਸੰਵਿਧਾਨ ਦੀ ਸਹੁੰ ਚੱਕੀ ਆ। ਇਹੀ ਲਫ਼ਜ਼ ਜਿਹੜੇ ਹੈਗੇ ਆ ਸੇਮ ਐਜ਼ ਇਟ ਇਜ਼, ਪੈਰਾ ਨੰਬਰ 2 ਪੇਜ ਨੰਬਰ 5 ਦੇ ਵਿੱਚ ਅੰਮ੍ਰਿਤਪਾਲ ਕਹਿੰਦਾ ਕਿ ਮੈਂ ਸੰਵਿਧਾਨ ਦੀ 2 ਵਾਰੀ ਸਹੁੰ ਚੱਕ ਚੁੱਕਿਆ, ਮੈਂ ਪੰਜਾਬ ਦੇ ਲੋਕਾਂ ਨੂੰ ਇਹ ਪੋਲੀਟੀਕਲ ਮੈਸੇਜ ਦੇ ਰਿਹਾ ਕਿ ਅੰਮ੍ਰਿਤਪਾਲ ਦਾ ਜਿਹੜਾ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਆ, ਤੇ ਇਸ ਚੀਜ਼ ਦੀ ਗਵਾਹੀ ਉਹ 2 ਜਿਹੜੀਆਂ ਸੋਮਾਂ, ਇੱਕ ਇਲੈਕਸ਼ਨ ਲੜਨ ਤੋਂ ਪਹਿਲਾਂ ਤੇ ਇੱਕ ਇਲੈਕਸ਼ਨ ਲੜਨ ਤੋਂ ਬਾਅਦ ਦੀ, ਉਹ ਸੋਮਾਂ ਦੇ ਰੈਫਰੈਂਸ ਦਿੰਦਾ ਆਪਣੀ ਪਟੀਸ਼ਨ ਦੇ ਵਿੱਚ। ਹੁਣ ਦੇਖੋ ਇਹ ਦੋਗਲੀ ਰਣਨੀਤੀ ਹੋ ਗਈ ਨਾ, ਇਹ ਦੋਗਲਾਪਣ ਹੋ ਗਿਆ। ਇੱਕ ਪਾਸੇ ਤਾਂ ਇਹ ਆਪਣੀਆਂ ਸਟੇਜਾਂ ਤੋਂ ਪੰਜਾਬ ਦੀ ਆਵਾਮ ਨੂੰ, ਪੰਜਾਬ ਦੀ ਨੌਜਵਾਨੀ ਨੂੰ ਇਹ ਕਹਿੰਦੇ ਨੇ ਕਿ ਅਸੀਂ ਹਕੂਮਤ ਦੇ ਖਿਲਾਫ ਲੜਨਾ। ਇਹ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਕਿ ਇਹ ਕਰਦੇ ਕੀ ਨੇ, ਇਹ ਦੋਗਲੇ ਕਿਵੇਂ ਚੱਲਦੇ ਨੇ। ਆਮ ਜਿਹੜਾ ਪੰਜਾਬੀ ਆ, ਜਿਹੜਾ ਆਮ ਪੰਜਾਬੀ ਨੌਜਵਾਨ ਹੈ, ਉਹਨੂੰ ਤਾਂ ਕਹਿੰਦੇ ਨੇ ਕਿ ਹਕੂਮਤ ਸਾਡੇ ਨਾਲ ਧੱਕਾ ਕਰਦੀ ਆ, ਸਾਨੂੰ ਕਿਹੜਾ ਕੁੱਤੇ ਨੇ ਵੱਢਿਆ ਕਿ ਅਸੀਂ ਇਸ ਸੰਵਿਧਾਨ ਨੂੰ ਮੰਨਾਂਗੇ। ਦੂਜੇ ਪਾਸੇ ਇਹ ਆਪਣੀਆਂ ਜਿਹੜੀਆਂ ਹਾਈ ਕੋਰਟ ਦੀ ਕੰਨ ਦੇ ਵਿੱਚ ਜਿਹੜੀਆਂ ਗੱਲਾਂ ਕਰਨੀਆਂ ਉੱਥੇ ਕਹਿੰਦੇ ਨੇ ਜੀ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਹਾਂ, ਅਸੀਂ ਸੰਵਿਧਾਨ ਦੀ 2 ਵਾਰੀ ਸਹੁੰ ਚੱਕੀ ਆ, ਸਾਡਾ ਸੰਵਿਧਾਨ ਦੇ ਵਿੱਚ ਪੂਰਨ ਤੌਰ 'ਤੇ ਵਿਸ਼ਵਾਸ ਆ। ਇਸ ਤਰੀਕੇ ਦੀਆਂ ਜਿਹੜੀਆਂ ਦੋਗਲੀਆਂ ਚੀਜ਼ਾਂ ਨੇ, ਗੁੰਮਰਾਹ ਕਰਨਾ ਨੌਜਵਾਨੀ ਨੂੰ, ਆਪ ਕੁਛ ਹੋਰ ਅਤੇ ਲੋਕਾਂ ਲਈ ਕੁਛ ਹੋਰ, ਇਹ ਚੀਜ਼ਾਂ ਹੁਣ ਇਹ ਬਹੁਤ ਸਾਰੀਆਂ ਚੀਜ਼ਾਂ ਨਿਕਲਣਗੀਆਂ, ਬਹੁਤ ਸਾਰੇ ਐਵੀਡੈਂਸ ਨੇ ਜਿਹੜੇ ਸਟੈਪ ਬਾਈ ਸਟੈਪ ਹਰੇਕ ਤਰੀਕੇ ਆਪਣੇ ਜਨਤਕ ਹੁੰਦੇ ਜਾਣਗੇ ਜੀ।